ਅਸਲਾਮ ਵਾਲੇਕੁਮ। ਸਾਊਦੀ ਆਰਾਮਕੋ ਦਾ ਨਾਂ ਤਾਂ ਬੜਾ ਸੁਣਿਆ ਹੋਣਾ ਤੁਸੀਂ ਦੋਸਤੋ, ਲੇਕਿਨ ਅੱਜ ਚਲੋ ਤੁਹਾਨੂੰ ਵਿਜ਼ਿਟ ਕਰਾਉਂਦੇ ਹਾਂ ਥੋੜ੍ਹਾ ਅੰਦਰੋਂ ਕਿ ਕੈਸਾ ਨੈਚੁਰਲ ਮਾਹੌਲ ਹੈ ਇਹਨਾਂ ਦਾ। ਜ਼ਿਆਦਾ ਨੋਟ ਕਰਨ ਵਾਲੀ ਜਿਹੜੀ ਚੀਜ਼ ਹੈ, ਦੇਖੋ ਇਹਨਾਂ ਦੇ ਰੋਡ 'ਤੇ ਰੂਲ ਐਂਡ ਰੈਗੂਲੇਸ਼ਨ ਕੈਸੇ ਨੇ ਔਰ ਦਰਖਤ। ਲੇਕਿਨ ਤੁਹਾਨੂੰ ਇਹਨਾਂ ਦਾ ਡਰੈਸਿੰਗ ਵੀ ਦੱਸਣੇ ਆ ਥੋੜ੍ਹੀ ਜਿਹੀ ਨਾ, ਅੰਦਰ ਕਿਸ ਤਰ੍ਹਾਂ ਦੀ ਯੂਜ਼ ਕਰਦੇ ਨੇ, ਉਸ ਤੋਂ ਬਾਅਦ ਰੋਡ 'ਤੇ ਕਰਨੇ ਆ। ਇਹ ਆਮ ਤੌਰ 'ਤੇ ਇਹ ਇਹਨਾਂ ਦਾ ਵਿਲਾ ਹੈ। ਇਹ ਸਾਹਮਣੇ ਡਰੈਸਿੰਗ ਦੇਖੋ, ਸੇਮ ਇਹੀ ਡਰੈਸਿੰਗ ਇਨਸਾਈਡ ਆਰਾਮਕੋ, ਯਾਨੀ ਆਊਟ ਆਫ ਸਾਊਦੀ। ਇਹ ਸਮਝੋ ਕਿ ਸਾਊਦੀ ਦੇ ਰੂਲ ਐਂਡ ਰੈਗੂਲੇਸ਼ਨ ਨਹੀਂ ਹੈ ਇੱਥੇ ਅਪਲਾਈ ਕੀਤੇ ਜਾਂਦੇ। ਬਹਰਹਾਲ ਉਹ ਜ਼ਿਆਦਾ ਕੈਮਰਾ ਕਰਨਾ ਮੁਨਾਸਬ ਨਹੀਂ, ਬਸ ਇੱਕ ਵਿਊ ਲੈਣ ਦਾ ਮਕਸਦ ਹੈ ਹੀ ਤੁਹਾਨੂੰ ਕਲਚਰ ਦੱਸਿਆ ਜਾਏ ਕਿ ਆਰਾਮਕੋ ਦੇ ਅੰਦਰ ਫਰੀ ਮਾਇੰਡ ਹੋ ਕੇ ਰਹਿੰਦੇ ਨੇ ਲੋਕ। ਇਹ ਹੁਣ ਜ਼ਰਾ ਨੋਟ ਕਰਿਓ, ਜਿੰਨੇ ਕੁ ਦਰਖਤ ਅਤੇ ਜਿੰਨੇ ਕੁ ਨੈਚੁਰਲ ਮਾਹੌਲ ਆਰਾਮਕੋ ਦੇ ਅੰਦਰ ਇਹਨਾਂ ਨੇ ਬਣਾਇਆ ਤਾ ਨਾ, ਪੂਰੇ ਸਾਊਦੀਆ 'ਚ ਕਿਤੇ ਨਹੀਂ ਤੁਹਾਨੂੰ ਮਿਲ ਸਕਦਾ। ਐਵੇਂ ਰੋਡ ਡਰਾਈਵਿੰਗ ਕਰ ਰਿਹਾ, ਦੇਖਿਓ ਜ਼ਰਾ ਕਿ ਕੋਈ ਗੱਡੀ ਤੁਹਾਨੂੰ ਓਵਰ ਸਪੀਡ ਨਜ਼ਰ ਨਹੀਂ ਆਏਗੀ, ਕੋਈ ਬਗੈਰ ਇਸ਼ਾਰੇ ਤੋਂ ਟਰਨ ਲੈਂਦਾ ਨਜ਼ਰ ਨਹੀਂ ਆਏਗਾ, ਕਿਤੇ ਬਗੈਰ ਦਰਖਤ ਪੌਦੇ ਦਰਖਤ ਲੱਗੇ ਤੇ ਨੇ ਐਡੇ ਐਡੇ ਖੂਬਸੂਰਤ ਕੇ। ਕੋਈ ਪੋਲਿਊਸ਼ਨ ਨਹੀਂ, ਕੋਈ ਆਪਣਾ ਕਿਸੇ ਕਿਸਮ ਦੀ ਵਾਇਲੇਸ਼ਨ ਨਹੀਂ ਕਰ ਸਕਦਾ। ਅਗਰ ਵਾਇਲੇਸ਼ਨ ਕਰਦਾ ਫੜਿਆ ਜਾਏ ਤਾਂ ਇੱਥੇ ਮੁਖਾਲਫਾ ਵੀ ਬਹੁਤ ਜ਼ਿਆਦਾ, ਥੋੜ੍ਹਾ ਨਹੀਂ। ਇਹਦੀ ਮੈਕਸੀਮਮ ਸਪੀਡ 40 ਹੈ ਇੱਥੇ, 40 ਸਪੀਡ ਹੈ ਮੈਕਸੀਮਮ। 40 ਤੋਂ ਅਬਵ ਕੋਈ ਨਹੀਂ ਜਾ ਸਕਦਾ ਜਦੋਂ ਤੱਕ ਕਿ ਨੈਕਸਟ ਰੋਡ ਨਾ ਆਈ, ਚਾਹੇ ਉਹ ਕਾਰ ਹੈ, ਚਾਹੇ ਉਹ ਟਰੱਲ ਹੈ, ਚਾਹੇ ਉਹ ਟਰੱਕ ਕੇ ਜੋ ਵੀ ਹੈ। ਇਹ ਹੁਣ 65 ਦਾ ਰੋਡ ਆ ਗਿਆ ਇੱਥੇ, 65 ਪਿੱਛੇ ਵਾਲੇ ਰੋਡ 'ਤੇ 40, ਇਹਦੇ 'ਤੇ 65। ਦੇਖੋ ਜਿਹੜੇ ਦੋਸਤ ਸਾਊਦੀਆ ਚ ਨੇ ਉਹਨਾਂ ਨੂੰ ਮਹਿਸੂਸ ਹੋਏਗਾ ਵੀ ਕੈਸਾ ਨੈਚੁਰਲ ਮਾਹੌਲ ਹੈ, ਹਰ ਸਾਈਡ 'ਤੇ ਦਰਖਤ ਅਤੇ ਬੜੀ ਪੂਰਾ ਮੰਜੀ ਫਜ਼ਾ ਹੈ। ਇੱਥੇ ਬੰਦਾ ਬੋਰ ਅਤੇ ਹੋਣਾ ਬੜੀ ਦੂਰ ਦੀ ਗੱਲ, ਬੜਾ ਫਰੈਸ਼ ਰਹਿੰਦਾ। ਔਰ ਆਰਾਮਕੋ ਦੇ ਅੰਦਰ ਇਹਨਾਂ ਦੇ ਸਾਊਦੀਆ ਵਾਲੇ ਰੂਲ ਐਂਡ ਰੈਗੂਲੇਸ਼ਨ ਅਪਲਾਈ ਨਹੀਂ ਹੁੰਦੇ, ਇਹਨਾਂ ਦੇ ਆਪਣੇ ਪੁਲਿਸ ਅਤੇ ਮਰੂਰ ਅਤੇ ਹਰ ਚੀਜ਼ ਇਹਨਾਂ ਦੀ ਆਪਣੀ ਹੈ, ਮਤਲਬ। ਔਰ ਬਾਹਰ ਨਾਲੋਂ ਜ਼ਿਆਦਾ ਟਫ ਰੂਲ ਨੇ ਅੰਦਰ, ਲੇਕਿਨ ਫਰੀ ਮਾਇੰਡ ਨੇ ਸਾਰੇ, ਇਸ ਤਰ੍ਹਾਂ ਨਹੀਂ ਜਿਸ ਤਰ੍ਹਾਂ ਬਾਹਰ ਮਤਲਬ। ਅੰਦਰ ਆਉਣਾ ਹੀ ਮੈਂ ਥੋੜ੍ਹਾ ਅੱਜ ਇੱਥੇ ਕੰਮ ਸੀ ਅੰਦਰ, ਇਹਦੇ ਵਾਸਤੇ 20 ਮਿੰਟ ਬਾਹਰ ਲਾ ਕੇ ਅਤੇ ਆਈ ਡੀ ਬਣਾਉਣੀ ਪਈ ਹੈ। ਆਰਾਮਕੋ ਦੀ ਆਈ ਡੀ ਬਣਾ ਕੇ ਅਤੇ ਫਿਰ ਇਹ ਦੇਖਿਆ ਕੈਸਾ ਖੂਬਸੂਰਤ ਮਾਹੌਲ ਹੋਗਾ। ਕਿੰਨੀ ਤਕਰੀਬਨ 2-3-4 ਮਿੰਟ ਹੋ ਗਏ ਨੇ ਮੈਨੂੰ ਗੱਡੀ ਚਲਾਉਂਦਿਆਂ, ਇੱਕ ਵੀ ਗੱਡੀ ਤੁਹਾਨੂੰ ਨਜ਼ਰ ਨਹੀਂ ਆਈ ਹੋਣੀ ਕਿ ਜਿਹੜੀ ਓਵਰ ਸਪੀਡ ਹੋਏ ਜਾਂ ਐਨਾ ਕੋਈ ਰਸ਼ ਜਾਂ ਕੋਈ ਮਸਲਾ। ਇਹ ਤਕਰੀਬਨ 40-50 ਕਿਲੋਮੀਟਰ ਦਾ ਏਰੀਆ ਵੇ, ਮੁਰੱਬਾ ਮੀਟਰ ਸਮਝ ਲਓ ਕਿ ਮੁਰੱਬਾ ਕਿਲੋਮੀਟਰ ਜਿਹੜਾ ਇਹਨਾਂ ਨੇ ਕਵਰ ਕੀਤਾ। ਮਜ਼ੀਦ ਤੁਹਾਨੂੰ ਮੈਂ ਬਾਹਰ ਦੇ ਟ੍ਰੈਫਿਕ ਵੀ